गुड मॉर्निंग नाइन्थ बी बेटा, अज आपां ऐसे करना है, ठीक है। मैं पहले ही कहा सी कि आपां साडा एक ऐसे रहिंदा है, ठीक है। बाकी आपां समस्या नाल रिलेटेड कर लिया। अज साडा है पुस्तकां दी महत्ता या पुस्तकां पढ़न दी महत्ता। तुहाडी बुक दा पेज नंबर 412, ठीक है, ग्रामर बुक दा 412 पेज ते है। तुसीं सिर्फ हैडिंग्स लिखनियां ने, कोई तुसी प्रॉपरली फेयर कॉपी ते नहीं करना उन्हों। अगर किसी नू कोई कोटेशन आंदी होएगी तो मैनू दस दियो, ठीक है। और साड़ी क्लेटर भी रहिंदी सी ऑनलाइन क्लासां, तुसी अपने मित्र नू या सहेली नू पत्र लिखना है कि तुसी ऑनलाइन क्लासां जिहड़ियां ने उह सही तरह नाल लगावो। कोरोना दीआं सावधानियां आपां कर लईआं सी पहलां, नहीं कीता सी? ओके, सो ਕੀਤਾ ਹੋਇਆ ਨਾ ਆਪਾਂ ਡਿਸਕਸ ਕੀਤਾ ਹੋਇਆ। ਓਕੇ ਰਾਈਟ, ਸੋ ਪਹਿਲਾਂ ਲਿਖੋ ਭੂਮਿਕਾ। ਭੂਮਿਕਾ ਜ਼ਰੂਰ ਫੇਅਰ ਕਾਪੀ ਤੇ ਲਿਖਣੀ ਹੈ, ਬਿਕੋਜ਼ ਬੁੱਕ ਵਿੱਚ ਹਮੇਸ਼ਾ ਦੋ ਤਿੰਨ ਲਾਈਨਾਂ ਦੀ ਭੂਮਿਕਾ ਹੁੰਦੀ ਹੈ, ਠੀਕ ਹੈ। ਔਰ ਭੂਮਿਕਾ ਹਮੇਸ਼ਾ ਆਪਾਂ ਜ਼ਿਆਦਾ ਲਿਖਦੇ ਹਾਂ, ਘੱਟੋ ਘੱਟ 5-6 ਲਾਈਨਾਂ ਦੀ, ਠੀਕ ਹੈ, ਇਫੈਕਟਿਵ ਐਸੇ ਹੋ ਜਾਏ। ਸੋ ਕਿਸ ਤਰ੍ਹਾਂ ਲਿਖੋਗੇ ਭੂਮਿਕਾ? ਐਨੀਵਨ? ਵਸਲ, ਕਿੱਦਾਂ ਲਿਖਾਂਗੇ ਆਪਾਂ ਭੂਮਿਕਾ? ਸੋਚੋ। ਆਨਲਾਈਨ ਸਟੂਡੈਂਟਸ, ਠੀਕ ਹੈ। ਓਕੇ, ਠੀਕ ਹੈ, ਗੁੱਡ। ਓਕੇ, ਠੀਕ ਹੈ। ਸੋ ਲਵਲੀਨਾ ਔਰ ਸਾਰਥਕ ਦੇ ਅਕੋਰਡਿੰਗਲੀ ਪੁਸਤਕਾਂ ਗਿਆਨ ਦਾ ਸੋਮਾ ਹਨ, ਮਨੋਰੰਜਨ ਦਾ ਸਾਧਨ, ਠੀਕ ਹੈ। ਸਟਾਰਟਿੰਗ, ਫਿਰ ਵੀ ਸਟਾਰਟਿੰਗ ਕਿੱਦਾਂ ਕਰੋਗੇ ਕਿ ਹਰ ਇੱਕ ਮਨੁੱਖ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਨੋਰੰਜਨ ਚਾਹੁੰਦਾ ਹੈ, ਠੀਕ ਹੈ। ਕਈ ਵਿਅਕਤੀ ਜਿਹੜੇ ਹੁੰਦੇ ਹਨ ਉਹ ਮਨੋਰੰਜਨ ਖੇਡ ਤੋਂ ਪ੍ਰਾਪਤ ਕਰਦੇ ਹਨ, ਹੋਰ ਕਿਤੋਂ ਪ੍ਰਾਪਤ ਹੋ ਸਕਦਾ ਹੈ? ਖੇਡਾਂ ਤੋਂ, ਹਾਂ, ਸੈਰ ਸਪਾਟੇ ਤੋਂ। ਪਰ ਕੁਝ ਮਨੁੱਖ ਹੁੰਦੇ ਹਨ ਉਹ ਆਪਣਾ ਮਨੋਰੰਜਨ ਕਿੱਥੋਂ ਲੱਭਦੇ ਹਨ? ਪੁਸਤਕਾਂ ਤੋਂ ਲੱਭਦੇ ਹਨ। ਸੋ ਪੁਸਤਕਾਂ ਕੀ ਹਨ? ਗਿਆਨ ਦਾ ਸੋਮਾ, ਗਿਆਨ ਦਾ ਭੰਡਾਰ, ਠੀਕ ਹੈ, ਮਨੋਰੰਜਨ ਦਾ ਸਾਧਨ ਨੇ। ਸੋ ਪੁਸਤਕਾਂ ਪੜ੍ਹਨ ਦੇ ਨਾਲ ਮਨੁੱਖ ਦਾ ਬਹੁ ਪੱਖੀ ਵਿਕਾਸ ਹੁੰਦਾ ਹੈ। ਬਹੁ ਪੱਖੀ ਮੀਨਸ, ਓਵਰਆਲ ਡਿਵੈਲਪਮੈਂਟ, ਮਾਨਸਿਕ ਵੀ, ਸਰੀਰਕ ਵੀ, ਠੀਕ ਹੈ, ਓਵਰਆਲ ਡਿਵੈਲਪਮੈਂਟ, ਬਹੁ ਪੱਖੀ ਵਿਕਾਸ ਹੁੰਦਾ ਹੈ। ਤੇ ਪੁਸਤਕਾਂ ਮਨੁੱਖ ਦੀਆਂ ਸਾਥੀ ਹੁੰਦੀਆਂ ਨੇ, ਠੀਕ ਹੈ। ਹਰ ਵੇਲੇ ਅਗਰ ਤੁਸੀਂ ਬੋਰ ਹੋ ਰਹੇ ਹੋ ਜਾਂ ਤੁਹਾਡਾ ਕੋਈ ਸਾਥੀ ਨਹੀਂ ਹੈ, ਜਿਸ ਤਰ੍ਹਾਂ ਤੁਸੀਂ ਉਸ ਦਿਨ ਕਿਹਾ ਸੀ ਲਵਲੀਨਾ, ਇਕੱਲਤਾ ਦਾ ਸਾਥੀ, ਠੀਕ ਹੈ। ਸੋ ਇਹ ਇਕੱਲਤਾ ਦਾ ਸਾਥੀ ਹਨ, ਤੁਹਾਨੂੰ ਜਾਣਕਾਰੀ ਵੀ ਮਿਲ ਸਕਦੀ ਹੈ ਇਹਦੇ ਤੋਂ, ਠੀਕ ਹੈ। ਲਿਖ ਲਓਗੇ ਭੂਮਿਕਾ? ਓਕੇ, ਕੋਟੇਸ਼ਨ ਅਗਰ ਮੈਨੂੰ ਦੱਸ ਦਿਓ, ਅਗਰ ਕਿਸੇ ਨੂੰ ਆਉਂਦੀ ਹੋਏਗੀ ਤਾਂ। ਨੈਕਸਟ ਹੈ ਭੂਮਿਕਾ, ਪੁਸਤਕਾਂ ਦੀਆਂ ਕਿਸਮਾਂ। ਪੁਸਤਕਾਂ ਦੀਆਂ ਕਿਸਮਾਂ, ਠੀਕ ਹੈ। ਸੋ ਕਿੱਦਾਂ ਕਿੱਦਾਂ ਦੀਆਂ ਪੁਸਤਕਾਂ ਹੁੰਦੀਆਂ ਨੇ? ਬਾਇਓਗ੍ਰਾਫੀ ਹੋ ਗਈ, ਆਟੋਬਾਇਓਗ੍ਰਾਫੀ ਹੋ ਗਈ, ਹਨਾ, ਨਾਟਕ ਹੋ ਗਏ, ਕਹਾਣੀ, ਜੀਵਨੀ, ਸਵੈ ਜੀਵਨੀ, ਠੀਕ ਹੈ, ਹਾਂਜੀ, ਹਾਂ, ਕਵਿਤਾ ਨਾਲ ਰਿਲੇਟਡ ਹੋ ਗਈਆਂ, ਗੀਤ ਹੋ ਗਏ, ਕਹਾਣੀਆਂ ਹੋ ਗਈਆਂ, ਨਾਟਕ ਹੋ ਗਏ, ਨੋਵਲ ਹੋ ਗਏ, ਠੀਕ ਹੈ। ਇਹ ਸਾਰੀਆਂ ਹੀ ਇਤਿਹਾਸ ਦੇ ਨਾਲ ਸੰਬੰਧਿਤ ਵੀ ਤੁਹਾਨੂੰ ਕਈ ਬੁੱਕਸ ਮਿਲਦੀਆਂ। ਤੁਹਾਡੀ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਬੁੱਕਸ ਨੇ, ਗਏ ਹੋ ਕਦੀ ਲਾਇਬ੍ਰੇਰੀ? ਕਿਹੜੀਆਂ ਕਿਹੜੀਆਂ ਬੁੱਕਸ ਹੁੰਦੀਆਂ ਨੇ? ਆਰ ਸਬਜੈਕਟ ਦੀ ਤਾਂ ਹੁੰਦੀ ਹੈ, ਬਟ ਉਹ ਕਿੱਦਾਂ ਦੀ, ਕਿਸ ਟਾਈਪ ਦੀਆਂ ਹੁੰਦੀਆਂ ਨੇ ਬੁੱਕਸ? ਇਤਿਹਾਸਿਕ, ਮਹਾਂਪੁਰਸ਼ਾਂ ਨਾਲ ਸੰਬੰਧਿਤ, ਗੁਰੂਆਂ ਨਾਲ ਸੰਬੰਧਿਤ, ਠੀਕ ਹੈ, ਯੋਧਿਆਂ ਵੀਰਾਂ ਨਾਲ ਸੰਬੰਧਿਤ, ਕਿਸੇ ਦੀ ਜੀਵਨੀ ਹੋ ਗਈ, ਕਿਸੇ ਦੀ ਸਵੈ ਜੀਵਨੀ ਹੋ ਗਈ,
ओके सो इस तरह दियां बुक्स होंदियां ने, बहुत सारिया किस्म ने, इन्हों तो अलग अलग तरह की तुहानू जानकारी मिल सकती है। ठीक है, तो विद्यार्थी की करते ने कि हर एक तरह की बुक। अच्छा, अगर किसी को आर्ट के नाल लगाव है, आर्ट विच इंटरस्ट है, वो भी तो बुक्स मिलदियां ने ना। अगर सपोज तुसी, अजकल तो काफ़ी सारिया बुक्स मिलदियां ने ना, नैट तो भी आप सर्च कर लैंदे हां। अगर सपोज किसी को कोई खेड विच दिलचस्पी है, एक बैडमिंटन हो गया है ना, इस तरह के, तो वो भी तो पर्टिकुलर एक बुक होंगी ना, वो पूरे ट्रिक्स दसे जाते हैं, जिस तरह चैस खेडने लिए पूरे ट्रिक्स होंगे ने। अजकल तो ड्राइविंग लिए भी अलग अलग बुक्स मिलती है ना, हाउ टू ड्राइव है ना, हाउ टू कुक, सारिया ही मिलदियां ने। सो हर किस्म दियां तुसी कह सकते हो कि मनुख की उम्र के अनुसार, ठीक है, हर एक तरह दियां किताबां दियां किस्म हैं। सो हर एक दे विच अलग अलग विचार पेश किए जाते हैं। नेक्स्ट है पुस्तकां पढ़न दे लाभ, की लाभ होंगे ने, ये तुसी दसोगे हुण। ठीक है, ऑनलाइन स्टूडेंट्स, तुसी बुक्स पढ़ते हो, एक्स्ट्रा भी पढ़ते हो, सो थानू केड़े केड़े लाभ उस तो मिलते हैं। दिया, ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਓਕੇ, ਸਾਨੂੰ ਨਏ ਨਏ ਸ਼ਬਦਾਂ ਬਾਰੇ ਜਾਣਕਾਰੀ ਮਿਲਦੀ ਹੈ। ਸਾਡੀ ਭਾਸ਼ਾ ਵੱਧਦੀ, ਭਾਸ਼ਾ ਬੋਲਣ ਦੀ ਸ਼ਕਤੀ ਵੱਧਦੀ ਹੈ। ਠੀਕ ਹੈ, ਓਕੇ, ਨਏ ਨਏ ਨਹੀਂ ਦਿਆ, ਨਵੇਂ ਨਵੇਂ। ਠੀਕ ਹੈ, ਰਮਨੀਕ, ਪੁਸਤਕਾਂ ਨੂੰ ਪੜ੍ਹਨ ਦਾ ਲਾਭ ਤਾਂ ਇਹੀ ਹੋ ਸਕਦਾ ਹੈ ਜੇ ਚੰਗੀਆਂ ਤੇ ਗਿਆਨ ਸਰੋਤ ਪੁਸਤਕਾਂ ਪੜ੍ਹੀਆਂ ਜਾਣ, ਕਿਉਂਕਿ ਸਹੀ ਢੰਗ ਨਾਲ ਚੁਣੀ ਹੋਈ ਪੁਸਤਕ ਪਾਠਕ ਵਿੱਚ ਆਸ ਦਾ ਸੂਰਜ ਚਮਕਾਉਂਦੀ ਹੈ ਅਤੇ ਉਸ ਨੂੰ ਜ਼ਿੰਦਗੀ ਦੀ ਬੁਲੰਦੀ ਵੱਲ ਲੈ ਜਾਂਦੀ ਹੈ। ਤੇ ਜਦਕਿ ਭੈੜੀ ਪੁਸਤਕ ਚਰਿੱਤਰ ਲਈ ਵੀ ਸਹੀ ਨਹੀਂ ਹੁੰਦੀ, ਤੇ ਪੁਸਤਕਾਂ ਸਾਡੇ ਲਈ ਗਿਆਨ ਦਾ ਸੋਮਾ ਹਨ, ਮਨੋਰੰਜਨ ਦਾ ਸਾਧਨ ਹਨ, ਇਸ ਨਾਲ ਸਾਡੀ ਨੈਤਿਕਤਾ ਵੱਧਦੀ ਹੈ। ਠੀਕ ਹੈ, ਗੁੱਡ, राइट। सो पुस्तकां पढ़ने के लाभ की कहान, एक तो तुहानू जानकारी मिलती है। ठीक है, हाँ जी पानिका, यस पानिका, पढ़ने के नाल साडे याद रखने की क्षमता वधदी है, इस दे नाल नाल विश्वास भी। पुस्तकां पढ़ने के नाल साडे सानू याद रखने की क्षमता वधदी है अते आत्मविश्वास भी वधदा है। ठीक है, आत्मविश्वास कितना बढ़ता है, आत्मविश्वास का मतलब की है, मतलब आत्मविश्वास की होता है। हाँ, सो तुसी बुक्स पढ़ते हो तो सेल्फ कॉन्फिडेंस कितना बढ़ता है। गुड, ठीक है, ओके। सो पुस्तकां पढ़ने दे नाल ज्ञान, ठीक है, वक्त वक्त तरह की जानकारी मिलती है। जी आप सफरनामा पढ़िया तुसी कदी, सफरनामा हुंदा की है। असी 9th विच पढ़ चुकी हाँ सफरनामा, किड़ा पढ़े आप, बलराज सानी दा। गुड, ठीक है। सो ओदे विच की हुंदा है, जी आप सफरनामा पढ़ते हाँ तो सानू अलग अलग देशों के रहन सहन बारे, उन्होंने पहरावे बारे, खाण पीण बारे पता लगता है। ठीक है, उन महापुरखों दियाँ स्वै जीवनियां जिहड़ियां आप पढ़ते हाँ, जो उन्होंने जीवनियां पढ़ते हाँ, उस तो सानू आत्मविश्वास पैदा हुंदा साडे विच। ठीक है, सानू जिंदगी जीण दा तरीका पता लगता है कि असी जिंदगी विच कदे भी हिम्मत नहीं हारनी, सगो आप हर एक मुश्किल जिहड़ी है उन्हों आप ईजीली सॉल्व कर लेना। ठीक है, राइट। सो पुस्तका पढ़न दे लाभ। नेक्स्ट है पुस्तका मनुख दिया साथी हन, पुस्तका मनुख दिया साथी हन। कोई कोटेशन भी बनाओ बेटा, तुहाडी बुक विच ना कोटेशन नहीं हैगी, सोचो जरा कोटेशन किस तरह ने, पुस्तकां तुहाडियां साथी,
ਕਿਤਨਾ ਨੇ ਸਾਰਥਕ ਠੀਕ ਹੈ ਓਕੇ ਯੈਸ ਦੀ ਠੀਕ ਹੈ ਪੁਸਤਕਾਂ ਮਨੁੱਖ ਦੀਆਂ ਸਭ ਤੋਂ ਚੰਗੀ ਸਾਥੀ ਹਨ ਕਿਉਂਕਿ ਇੱਕ ਵਾਰ ਇਹ ਹੱਥ ਫੜ ਲੈਣ ਤਾਂ ਇਹ ਕਦੇ ਸਾਥ ਨਹੀਂ ਛੋੜਦੀ ਇਹਨਾਂ ਤੋਂ ਪ੍ਰਾਪਤ ਹੋਇਆ ਗਿਆਨ ਸਾਡੇ ਨਾਲ ਸਾਰੀ ਜ਼ਿੰਦਗੀ ਰਹਿੰਦਾ ਹੈ ਕਿਹਾ ਜਾਂਦਾ ਹੈ ਇਹਨਾਂ ਤੋਂ ਪ੍ਰਾਪਤ ਹੋਇਆ ਗਿਆਨ ਇੱਕ ਵਾਰ ਸਾਡੇ ਕੋਲ ਹੋਵੇ ਤਾਂ ਉਹ ਕੋਈ ਚੋਰੀ ਨਹੀਂ ਕਰ ਸਕਦਾ ਇਹ ਸਾਡੀ ਸਾਡੀ ਇਕੱਲਾ ਸਾਨੂੰ ਇਕੱਲਾ ਨਹੀਂ ਛੱਡਦੀ ਤੇ ਜਦੋਂ ਵੀ ਅਸੀਂ ਇਕੱਲਾ ਮਹਿਸੂਸ ਕਰਨ ਤਾਂ ਕਿਤਾਬਾਂ ਪੜ੍ਹਨ ਨਾਲ ਉਹ ਸਾਰੀ ਇਕੱਲਾਪਨ ਖਤਮ ਹੋ ਜਾਂਦਾ ਹੈ ओके ठीक है गुड इवा पुस्तकां इंसान दिया सब तो वधिया चंगा चंगियां दोस्त हुंदियां हन ऐ इंसान नु कदे कल्ला नहीं छड्दियां ऐ ऐ मनुख दा मनुख दा पक्का साथी हुंदियां हन ते कदी भी साथ नहीं छड्दियां ऐ सानू बहुत ज्ञान दिंदियां हन ते इहनां दा ज्ञान ਇਹਨਾਂ ਤੋਂ ਪ੍ਰਾਪਤ ਕੀਤਾ ਗਿਆਨ ਸਾਡੇ ਤੋਂ ਕੋਈ ਚੋਰੀ ਵੀ ਨਹੀਂ ਕਰ ਸਕਦਾ ਤੇ ਸਾਡੇ ਤੇ ਸਾਡੇ ਨਾਲ ਹਮੇਸ਼ਾ ਹੀ ਰਹਿੰਦਾ ਹੈ ਤੇ ਪੁਸਤਕਾਂ ਜਦੋਂ ਵੀ ਕੋਈ ਇਨਸਾਨ ਇਕੱਲਾ ਹੋਵੇ ਤੇ ਪੁਸਤਕਾਂ ਸਾਥ ਦਿੰਦੀਆਂ ਹਨ ਤੇ ਪੁਸਤਕਾਂ ਪੜ੍ਹਨ ਦਾ ਆਮ ਮਨੁੱਖ ਨੂੰ ਪੁਸਤਕਾਂ ਚੰਗੀਆਂ ਸਾਹਿਤਕ ਰਚਨਾ ਹੁੰਦੀਆਂ ਹਨ ਚੰਗੀ ਕਿਤਾਬਾਂ ਸਾਨੂੰ ਮਨੋਰੰਜਨ ਦੇ ਨਾਲ ਨਾਲ ਰਸਤਾ ਦਿਖਾਉਂਦੀਆਂ ਹਨ ਉਹ ਬਦਲੇ ਵਿੱਚ ਸਾਡੇ ਤੋਂ ਕੁਛ ਵੀ ਨਹੀਂ ਲੈਂਦੀਆਂ ਨਾ ਹੀ ਸਾਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਨਾ ਹੀ ਸਾਨੂੰ ਬੋਰ ਕਰਦੀਆਂ ਹਨ ਇਸ ਤੋਂ ਸਾਨੂੰ ਬਹੁਤ ਵਧੀਆ ਗਿਆਨ ਮਿਲਦਾ ਹੈ ਇਸ ਲਈ ਪੁਸਤਕਾਂ ਨੂੰ ਮਨੁੱਖ ਦਾ ਸਾਥੀ ਕਿਹਾ ਜਾਂਦਾ ਹੈ ਓਕੇ ਗੁੱਡ ਰਮੀਕ ਇੱਥੇ ਇੱਕ ਕੋਟੇਸ਼ਨ ਬਣਾਓ ਠੀਕ ਹੈ ਜਦੋਂ ਤੁਹਾਨੂੰ ਕੋਟੇਸ਼ਨ ਮਿਲ ਜਾਏਗੀ ਰਾਈਟ ਤੁਸੀਂ ਮੈਨੂੰ ਹੁਣੇ ਕਲਾਸ ਵਿੱਚ ਦੱਸਣਾ ਹੈ ਰਮੀਕ ਅਰਸ਼ਪ੍ਰੀਤ ਲਵਲੀਨਾ ਦੱਸੋ ਵੈਰੀ ਗੁੱਡ ਠੀਕ ਹੈ ਲਵਲੀਨਾ ਨੇ ਕੋਟੇਸ਼ਨ ਬਣਾਈ ਹੈ ਗਿਆਨ ਦਾ ਸੋਮਾ ਮਨੋਰੰਜਨ ਦਾ ਸਾਧਨ ਪੁਸਤਕਾਂ ਹਨ ਮੇਰੀਆਂ ਪੱਕੀਆਂ ਸਾਥਣ ਗੁੱਡ ਸੋ ਲਿਖ ਸਕਦੇ ਹੋ ਤੁਸੀਂ ਵੈਰੀ ਗੁੱਡ ਹੋਰ ਦੇਖੋ ਕੋਟੇਸ਼ਨ ਸੋਚੋ ਠੀਕ ਹੈ ਔਰ ਜਦੋਂ ਤੁਹਾਡੀ ਕੋਟੇਸ਼ਨ ਬਣ ਜਾਏਗੀ ਇੱਕ ਵਾਰੀ ਮੈਨੂੰ ਦੱਸ ਦਿਓ ਤਾਂ ਕਿ ਉਹਨੂੰ ਆਪਾਂ ਹੋਰ ਸਹੀ ਤਰੀਕੇ ਦੇ ਨਾਲ ਕਰ ਸਕੀਏ ਰਾਈਟ ਠੀਕ ਹੈ ਜੀ ਸੋ ਪੁਸਤਕਾਂ ਮਨੁੱਖ ਦੀਆਂ ਸਾਥੀ ਹਨ ਇਕੱਲਤਾ ਦੀਆਂ ਸਾਥੀ ਹਨ ਪੁਸਤਕਾਂ ਜੇ ਆਪਾਂ ਪੜ੍ਹਦੇ ਹਾਂ ਤੇ ਸਾਨੂੰ ਜੀਵਨ ਵਿੱਚ ਤੁਸੀਂ ਪਿਛਲਾ ਪੁਆਇੰਟ ਵੀ ਨਾਲ ਹੀ ਐਡ ਆਨ ਕਰ ਸਕਦੇ ਹੋ ਠੀਕ ਹੈ ਜਾਣਕਾਰੀ ਮਿਲਦੀ ਹੈ ਸਾਨੂੰ ਇਹ ਤੋਂ ਬਹੁਤ ਜ਼ਿਆਦਾ ਲਾਭ ਮਿਲਦੇ ਹਨ ਤੇ ਕਦੀ ਵੀ ਮਨੁੱਖ ਬੋਰ ਨਹੀਂ ਹੁੰਦਾ ਠੀਕ ਹੈ ਅਸੀਂ ਕਈ ਵਾਰੀ ਸਫ਼ਰ ਕਰਦੇ ਹਾਂ ਜਿਹੜੇ ਬੁੱਕਸ ਪੜ੍ਹਨ ਦੇ ਐਡਿਕਟਡ ਹੁੰਦੇ ਨੇ ਐਡਿਕਸ਼ਨ ਵੀ ਤਾਂ ਹੁੰਦੀ ਹੈ ਨਾ ਹਰ ਇੱਕ ਚੀਜ਼ ਦੀ ਐਡਿਕਸ਼ਨ ਹੈ ਕਈਆਂ ਨੂੰ ਖੇਡਣ ਦੀ ਹੁੰਦੀ ਹੈ ਕਈਆਂ ਨੂੰ ਫੋਨ ਤੇ ਗੇਮਸ ਵਗੈਰਾ ਖੇਡਣ ਦੀ ਕਈਆਂ ਨੂੰ ਪੜ੍ਹਨ ਦੀ ਬੜੀ ਆਦਤ ਹੁੰਦੀ ਹੈ ਠੀਕ ਹੈ ਉਹਨਾਂ ਨੇ ਜਿੱਥੇ ਵੀ ਜਾਣਾ ਚਾਹੇ ਉਹ ਸਫ਼ਰ ਕਰ ਰਹੇ ਨੇ ਉਹਨਾਂ ਨੇ ਆਪਣੇ ਕੋਲ ਇੱਕ ਬੁੱਕ ਰੱਖਣੀ ਹੀ ਰੱਖਣੀ ਹੈ ਠੀਕ ਹੈ ਤਾਂ ਉਹ ਪੜ੍ਹਦੇ ਨੇ ਰਾਈਟ ਉਹਨਾਂ ਨੂੰ ਕਿਉਂ ਪੜ੍ਹਨ ਦਾ ਉਹਨਾਂ ਨੂੰ ਇੱਕ ਸ਼ੌਂਕ ਪੈਦਾ ਹੋ ਜਾਂਦਾ ਫਿਰ ਉਹੀ ਵਾਲਾ ਸ਼ੌਂਕ ਅੱਗੇ ਅੱਗੇ ਜਾ ਕੇ ਉਹਨਾਂ ਨੂੰ ਸਾਹਿਤ ਦੇ ਨਾਲ ਵੀ ਜੋੜ ਸਕਦਾ ਹੈ ਸਾਹਿਤ ਦੇ ਨਾਲ ਕਿੱਦਾਂ ਜੋੜੇਗਾ ਸਾਹਿਤ ਕੀ ਹੈ ਲਿਟਰੇਚਰ ਲਿਟਰੇਚਰ ਨਾਲ ਕਿੱਦਾਂ ਜੋੜੇਗਾ ਗੁੱਡ ਠੀਕ ਹੈ ਹੁਣ ਸਪੋਜ਼ ਕੋਈ ਹੈ ਜਿਹਨੂੰ ਕੁਦਰਤ ਨਾਲ ਬਹੁਤ ਜ਼ਿਆਦਾ ਪਿਆਰ ਹੈ ਠੀਕ ਹੈ ਨੇਚਰ ਲਵਰ ਹੋਏਗਾ ਆਲੇ ਦੁਆਲੇ ਬੈਠਾ ਹੋਏਗਾ ਨਜ਼ਾਰੇ ਦੇਖੇਗਾ ਜਿਸ ਤਰ੍ਹਾਂ ਫਰਵਰੀ ਦਾ ਜਿਹੜਾ ਮਹੀਨਾ ਹੁੰਦਾ ਨਾ ਇਹਨੂੰ ਕਿਹਾ ਜਾਂਦਾ ਹੈ ਕਵੀਆਂ ਦੀ ਮਨਪਸੰਦ ਰੁੱਤ ਬਸੰਤ ਰੁੱਤ ਠੀਕ ਹੈ ਕਿਉਂਕਿ ਆਸ ਪਾਸ ਦਾ ਜਿਹੜਾ ਨਜ਼ਾਰਾ ਹੁੰਦਾ ਬਹੁਤ ਸੋਹਣਾ ਹੋ ਜਾਂਦਾ ਫੁੱਲ ਵਗੈਰਾ ਖਿਲਣੇ ਸ਼ੁਰੂ ਹੋ ਜਾਂਦੇ ਆ ਹਨਾ ਸੋ ਕਈ ਹੁੰਦੇ ਨੇ ਜਿਹਨਾਂ ਨੂੰ ਉਹ ਨਜ਼ਾਰਾ ਬਹੁਤ ਅੱਛਾ ਲੱਗਦਾ ਉਹਨਾਂ ਦੇ ਮਾਇੰਡ ਵਿੱਚ ਨਾ ਥੋਟਸ ਆਉਣੇ ਸ਼ੁਰੂ ਹੁੰਦੇ ਨੇ ਫਿਰ ਉਹਨਾਂ ਥੋਟਸ ਨੂੰ ਉਹ ਆਪਣੀ ਇੱਕ ਪੋਇਟੀਕਲ ਲੈਂਗੁਏਜ ਦੇ ਵਿੱਚ ਉਤਾਰ ਲੈਂਦਾ ਜਿਸ ਤਰ੍ਹਾਂ ਇਵਾ ਨੂੰ ਪਤਾ ਹੋਏਗਾ ਹੁਣ ਤੁਸੀਂ ਵੀ ਲਵਲੀ ਨਾਲ ਬੈਠ ਕੇ ਕੋਟੇਸ਼ਨ ਬਣਾਈ ਹੈ ਠੀਕ ਹੈ ਤੁਸੀਂ ਇਹਦੇ ਬਾਰੇ ਸੋਚਿਆ ਤਾਂ ਹੀ ਤੁਹਾਡੇ ਮਾਇੰਡ ਵਿੱਚ ਕੋਟੇਸ਼ਨ ਆਈ ਹੈ ਨਾ ਸੋ ਇਸ ਤਰ੍ਹਾਂ ਹੀ ਕਰਦੇ ਅਗਰ ਤੁਸੀਂ ਜ਼ਿਆਦਾ ਇਹਦੇ ਨਾਲ ਜੁੜ ਜਾਂਦੇ ਹੋ ਤੇ ਫਿਰ ਇਹ ਤੁਹਾਡਾ ਇੱਕ ਪੇਸ਼ਾ ਬਣ ਜਾਂਦਾ ਹੈ ਤੁਸੀਂ ਐਜ਼ ਅ ਪ੍ਰੋਫੈਸ਼ਨਲ ਰਾਈਟਰ ਵੀ ਬਣ ਸਕਦੇ ਹੋ ਅਗਰ ਤੁਹਾਨੂੰ ਇੰਟਰਸਟ ਹੈ ਤਾਂ ਠੀਕ ਹੈ ਸੋ ਨੈਕਸਟ ਹੈ ਮਹਾਂਪੁਰਸ਼ਾਂ ਦੇ ਮਹਾਨ ਬਣਨ ਦਾ ਰਾਜ
महापुरुषां दे महान पढ़न दा राज। ठीक है, सो काफी इस तरह के महापुरख ने जिन्होंने किताबा लिखिया ते उन्होंने हमेशा जीवन विच सफलता हासिल की। फॉर एग्जाम्पल ठीक है, कुछ बच्चे इदा दे होंगे जेडे बुक्स पढ़ते होंगे, कई ने ऑटोबायोग्राफी भी पढ़ी होएगी। ठीक है, सो केड़ियां ऑटोग्राफी, अब्दुल कलाम की ऑटोबायोग्राफी विंग्स ऑफ फायर, ठीक है, मन्नत हन बनन विच बहुत सहायता प्राप्त कर दिया हन, जिवें साडे साबका राष्ट्रपति अब्दुल कलाम महान विज्ञानी भी हन, प्रधानमंत्री मनमोहन सिंह जी भी अर्थशास्त्री रहे हन, पंडित जवाहरलाल नेहरू ने भी आप बहुत सारी किताबा लिखिया, महाराजा रणजीत सिंह भावे आप पढ़े लिखे नहीं सन पर ओ पढ़ी लिखिया दी कदर करन वाले सन। बस इतनी। ओके गुड, ठीक है, ओके यस पनिका, मैम एक कोटेशन है बुक्स पर, दसो जे पूरा बानू ता रखियो नाल किताबा नू, दोबारा बोलियो, जे पूरा करना ख्वाबा नू ते रखियो नाल किताबा नू, वेरी गुड लिख लो। ठीक है, जे पूरा करना इनू तुसी केदे विच लिखोगे, भावे तुसी स्टार्टिंग विच भी लिख सकदे हो, ठीक है भूमिका च लिख लो, भावे जे पूरा करना ख्वाबा नू ते नाल रखियो किताबा नू। ठीक है गुड पनिका, ठीक है बच्चे तुसी इनू स्टार्टिंग विच भी लिख सकते हो, भूमिका दे विच भी, राइट गुड। सो दो बच्चों ने कोटेशन देती हले तक, बाकी भी सोचो, वेरी गुड। दो तीन कोटेशन सफिशेंट ने, ठीक है। सो महापुरखां दे महान बनन दा राज, तुसी दो तीन एग्जाम्पल दे सकते हो, लाइक अब्दुल कलाम, अब्दुल कलाम जिथे ओह की सन राजनीति विच सन, ठीक है, पर ओह की करदे सन, उन्हां नू साहित नाल भी प्रेम सी, इसलिए उन्होंने अपनी स्वैत जीवनी, अगर तुहानूं स्वैत जीवनी दा नाम पता है तो तुसी लिख सकते हो विंग्स ऑफ फायर, जेडे ता राइटर ने, सपोज जिस तरह हुण पंजाबी लिटरेचर दे विच राइटर ने, इनू ज पा लो विंग्स, ठीक है, ओह ता लिखदे ही लिखदे ने, जिस तरह अमृता प्रीतम है तुहाडे हिंदी विच भी काफी ने, इंग्लिश विच भी काफी होणगे, ओह ता लिखदे ही लिखदे ने, बट ओह महापुरश जेडे जिस तरह रविंद्रनाथ टैगोर, उन्होंने गीतांजलि लिखी, ठीक है, ओह भी लिख सकदे हो रविंद्रनाथ टैगोर की गीतांजलि बुक। सो इन्हां रचनावां दे करके वह महान बने सन, ठीक है, चंगे साहित्यकार तां वह है ही सन। हुण गीतांजलि जिहड़ी है वह किहड़ी भाषा विच लिखी गई सी, बंगला दे विच, बंगाली विच ना, पर उहनूं अलग अलग भाषावां दे विच ट्रांसलेट किया गया सीगा, बिकॉज ये बहुत अच्छी बुक है, ठीक है। महाराजा रणजीत सिंह ने भी किताबां लिखिया ने, ठीक है, इस तरह ही होर बहुत सारे ने, अजकल तो काफ़ी ऑनलाइन जो चल रही थी तो काफी लोगों ने बुक्स वगैरह लिखनिया शुरू कर दी थी, जिन्होंने अपना, हाँ किरण बेदी, उन्होंने तो एक प्लेटफॉर्म भी बनाया हुआ ना कि अगर कोई बच्चा इंटरस्टेड है तो वह लाइव चैट होंगी है, बी आर अंबेडकर, हाँ उन्होंने भी बुक्स लिखिया, ठीक है, भारत का संविधान उन्होंने लिखा से, ठीक है। सो इस तरह के काफ़ी हैं, पंडित जवाहरलाल नेहरू ने भी आप बहुत सारी किताबा लिखिया, मैनशन है तुहाडी बुक विच, प्रधानमंत्री मनमोहन सिंह उन्होंने भी बहुत सारिया किताबा लिखिया, ठीक है।
ਇਸ ਤਰ੍ਹਾਂ ਹੀ ਹੋਰ ਤੁਸੀਂ ਕਾਫੀ ਲਿਖ ਸਕਦੇ ਹੋ, ਸ਼ੇਕਸਪੀਅਰ ਹੈ, ਕੀਟਸ ਹੈ, ਭਾਈ ਵੀਰ ਸਿੰਘ, ਨਾਨਕ ਸਿੰਘ, ਗੁਰਬਖਸ਼ ਸਿੰਘ, ਉਹ ਵੀ ਆਪਣੀਆਂ ਰਚਨਾਵਾਂ ਕਰਕੇ ਹੀ ਜਾਣੇ ਜਾਂਦੇ ਹਨ। ਠੀਕ, ਨੈਕਸਟ ਹੈ ਮੁਕਾਬਲਿਆਂ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਕਾਮਯਾਬੀ ਦਾ ਸਾਧਨ। ਮੁਕਾਬਲਿਆਂ ਮੁਕਾਬਲਿਆਂ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਕਾਮਯਾਬੀ ਦਾ ਸਾਧਨ। ਬੁੱਕਸ ਕਿੱਦਾਂ ਹੈਲਪ ਕਰਦੀਆਂ ਨੇ ਸਾਡਾ ਰੋਜ਼ਾਨਾ ਜ਼ਿੰਦਗੀ ਵਿੱਚ ਆਪਾਂ ਕਾਮਯਾਬ ਹੋ ਸਕੀਏ, ਕਿੱਦਾਂ ਹੈਲਪ ਕਰਦੀਆਂ ਨੇ? ਮੁਕਾਬਲੇ ਮਤਲਬ ਪ੍ਰਤੀਯੋਗਿਤਾਵਾਂ, ਅਲੱਗ ਅਲੱਗ ਪ੍ਰਤੀਯੋਗਿਤਾਵਾਂ। ਅਗਰ ਤੁਸੀਂ ਕਿਤਾਬਾਂ ਪੜ੍ਹਦੇ ਹੋ ਤੇ ਹਾਂ, ਓਕੇ ਗੁੱਡ। ਰੋਜ਼ ਜੀਵਨ ਦੀਆਂ, ਰੋਜ਼ਾਨਾ ਜੀਵਨ ਦੀਆਂ, ਜੀਵਨ ਜਾਂਚ ਲਈ ਪ੍ਰੇਰਿਤ ਕਰਦੀਆਂ ਨੇ। ਹੋਰ ਅਗਰ ਤੁਸੀਂ ਵੱਖ ਵੱਖ ਕੰਪੀਟੀਸ਼ਨਸ ਲਈ ਜਾ ਰਹੇ ਹੋ, ਠੀਕ ਹੈ, ਜਿਸ ਤਰ੍ਹਾਂ ਥੋੜੀ ਦੇਰ ਪਹਿਲਾਂ ਹੀ, ਠੀਕ ਹੈ, ਸਾਡੀ ਕਲਾਸ ਦੇ 2-3 ਬੱਚੇ ਗਏ ਸਨ, ਰਾਈਟ, ਤੇ ਉਹਨਾਂ ਨੇ ਚਲੋ ਵੈਰੀ ਗੁੱਡ, ਉਹਨਾਂ ਨੇ ਪ੍ਰਾਈਜ਼ ਵੀ ਲਿਆ ਸੀ। ਸੋ ਉਹ ਵਾਲੇ ਬੱਚੇ, ਉਹਨਾਂ ਨੇ ਬੁੱਕਸ ਪੜ੍ਹੀਆਂ ਐਕਸਟਰਾ ਜਿਹੜਾ ਉਹਨਾਂ ਨੂੰ ਸਿਲੇਬਸ ਦਿੱਤਾ ਹੋਇਆ ਸੀ। ਸੋ ਤੁਸੀਂ ਜਿੱਦਾਂ ਜਿੱਦਾਂ ਪੜ੍ਹਦੇ ਜਾਂਦੇ ਹੋ ਉਹਦੇ ਨਾਲ ਤੁਹਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ, ਠੀਕ ਹੈ। ਅਗਰ ਤੁਸੀਂ ਕੋਈ ਵੀ ਬੁੱਕ ਲੈ ਲਓ, ਬੁੱਕਸ ਇੰਨੀਆਂ ਸਾਰੀਆਂ ਨੇ, ਠੀਕ ਹੈ, ਕੋਈ ਵੀ ਬੁੱਕ ਲੈ ਲਓ, ਉਹਦੇ ਵਿੱਚ ਤੁਸੀਂ ਹਮੇਸ਼ਾ ਪੜ੍ਹਦੇ ਹੋ। ਅੱਛਾ, ਕਈ ਵਾਰੀ ਕੰਪੀਟੀਟਿਵ ਐਗਜ਼ਾਮਸ ਲਈ ਵੀ ਤਾਂ ਆਉਂਦੀਆਂ ਬੁੱਕਸ, ਹੈ ਨਾ? ਹਾਂ, ਅੱਗੋ ਅੱਗੇ ਤੁਸੀਂ ਜਾਣਾ ਹੈ ਬਸ, ਹੈ ਨਾ, ਅੱਗੋ ਅੱਗੇ ਤੁਸੀਂ ਕੋਈ ਵੀ ਕਰੀਅਰ ਆਪਣਾ ਚੂਜ਼ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਬੁੱਕਸ ਮਿਲਦੀਆਂ ਨੇ, ਠੀਕ ਹੈ। ਐਗਜ਼ਾਮਸ ਲਈ ਤੁਸੀਂ ਉਹਨੂੰ ਕਲੀਅਰ ਕਰਦੇ ਹੋ ਤਾਂ ਉਹਦੇ ਵਿੱਚ ਕੀ ਹੈ, ਤੁਹਾਡੀਆਂ ਮੁਕਾਬਲੇ ਵਿੱਚ ਹੈਲਪਫੁਲ ਹੁੰਦੀਆਂ ਨੇ, ਠੀਕ ਹੈ, ਔਰ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਹੋ, ਠੀਕ ਹੈ। ਨੈਕਸਟ ਪੁਆਇੰਟ ਹੈ ਸਵੈ ਵਿਸ਼ਵਾਸ ਜਾਗਦਾ ਹੈ। ਕਿੱਦਾਂ ਜਾਗਦਾ ਸਵੈ ਵਿਸ਼ਵਾਸ? ਸਵੈ ਵਿਸ਼ਵਾਸ ਹੁੰਦਾ ਕੀ ਹੈ? ਹਾਂਜੀ, ਠੀਕ ਹੈ, ਸੈਕਿੰਡ ਲਾਸਟ ਪੁਆਇੰਟ ਹੈ, ਕਿੱਦਾਂ ਜਾਗਦਾ ਆਪਣੇ ਉੱਤੇ ਸਵੈ ਵਿਸ਼ਵਾਸ? ਅਗਰ ਤੁਸੀਂ ਕਿਤਾਬਾਂ ਪੜ੍ਹਦੇ ਹੋ, ਮੰਨਤ ਕਿਤਾਬਾਂ ਪੜ੍ਹ ਕੇ ਮਨੁੱਖ ਵਿੱਚ ਸਵੈ ਵਿਸ਼ਵਾਸ ਜਾਗਦਾ ਹੈ, ਖਾਸ ਕਰਕੇ ਵਿਦਿਆਰਥੀਆਂ ਵਿੱਚ। ਇਹਨਾਂ ਪੁਸਤਕਾਂ ਦੇ ਜ਼ਰੀਏ ਉਹ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹੈ ਤੇ ਉਸ ਦੇ ਵਿਚਾਰ ਰਟੇ ਰਟਾਏ ਨਹੀਂ ਹੋਣਗੇ ਬਲਕਿ ਆਪਣੀ ਬੁੱਧੀ ਅਨੁਸਾਰ ਹੋਣਗੇ। ਜਿਵੇਂ ਅੱਜ ਕੱਲ ਮਹਾਨ ਬਣਨ ਲਈ ਜਾਂ ਗਿਆਨਵਾਨ ਬਣਨ ਲਈ ਬਹੁਤ ਸਾਰੀਆਂ ਕਿਤਾਬਾਂ ਮਾਰਕੀਟ ਵਿੱਚ ਆ ਗਈਆਂ ਹਨ, ਜਿਨ੍ਹਾਂ ਵਿੱਚੋਂ ਕਾਫੀ ਕਿਤਾਬਾਂ ਹਨ ਜਿਹੜੀ ਸਾਨੂੰ ਵਧੀਆ ਰਾਹ ਤੇ ਲੈ ਕੇ ਜਾ ਸਕਦੀਆਂ ਹਨ। ਠੀਕ ਹੈ, ਗੁੱਡ। ਮਾਰਕੀਟ ਨਹੀਂ ਲਿਖਣਾ ਆਪਾਂ, ਕੀ ਲਿਖਣਾ ਹੈ? ਬਾਜ਼ਾਰ ਵਿੱਚ ਆ ਗਈਆਂ। ਸੋ ਗੁੱਡ, ਮੰਨਤ। ਹੋਰ ਬੋਲੋ ਬੱਚੇ, ਸਵੈ ਵਿਸ਼ਵਾਸ ਜਾਗਦਾ ਹੈ ਤੁਹਾਡਾ ਕਿਤਾਬਾਂ ਪੜ੍ਹ ਕੇ, ਕਿੱਦਾਂ ਜਾਗਦਾ ਹੈ? ਸਾਰਥਕ, ਠੀਕ ਹੈ, ਓਕੇ ਗੁੱਡ। ਬੀਆ, ਕਿਤਾਬਾਂ ਤੋਂ ਹਾਸਿਲ ਹੋਇਆ ਗਿਆਨ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਕੰਮ ਆਉਂਦਾ ਹੈ। ਇਸ ਨਾਲ ਸਾਨੂੰ ਹੌਸਲਾ ਮਿਲਦਾ ਹੈ ਤੇ ਜੀਵਨ ਜੀਣ ਦੀ ਸਿੱਖਿਆ ਮਿਲਦੀ ਹੈ ਤੇ ਅਸੀਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਇਹਨਾਂ ਵਿਚਾਰਾਂ ਨੂੰ ਵਰਤ ਸਕਦੇ ਹਨ ਤੇ ਸਾਡੇ ਲਈ ਬਹੁਤ ਬੈਨੀਫਿਸ਼ੀਅਲ ਸਾਬਿਤ ਹੁੰਦਾ ਹੈ, ਲਾਭਦਾਇਕ। ਠੀਕ ਹੈ, ਗੁੱਡ, ਰਾਈਟ ਬੱਚੇ। ਸੋ ਜਦੋਂ ਵੀ ਤੁਸੀਂ ਕੋਈ ਕਿਤਾਬ ਪੜ੍ਹਦੇ ਹੋ, ਜੇ ਮੰਨ ਲਓ ਕਿ ਕੋਈ ਵਿਅਕਤੀ ਆਪਣੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਦੁਖੀ ਹੈ, ਉਹਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਨੇ, ਤਾਂ ਕਈ ਵਾਰੀ ਉਹ ਕਿਸੇ ਮਹਾਂਪੁਰਖ ਦੀ ਜੀਵਨੀ ਪੜ੍ਹ ਲੈਂਦਾ ਹੈ, ਠੀਕ ਹੈ, ਤੇ ਫਿਰ ਉਹਨੂੰ ਬਾਅਦ ਵਿੱਚ ਲੱਗਦਾ ਹੈ ਕਿ ਨਹੀਂ, ਇਹਦੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਦੁੱਖ ਆਏ ਸਨ। ਕਿਉਂਕਿ ਸਵੈ ਜੀਵਨੀ ਅਗਰ ਤੁਸੀਂ ਪੜ੍ਹਦੇ ਹੋ, ਕੋਈ ਪੜ੍ਹੀ ਹੈ ਆਟੋਬਾਇਓਗ੍ਰਾਫੀ ਕਿਸੇ ਨੇ?
नहीं ओके एनी हाउ ठीक है जो तुसी स्वै जीवनी पढ़ते हो ना जिस काफी है अमृता प्रीतम दी लगा लो तुसी ठीक है और एक है होर प्रिंसिपल तेजा सिंह दी जीवनी है आरसी ठीक है स्वै जीवनी पढ़ी हुई तुसी ओके 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 अते फिर ओ दे विच तुसी देखो उन्होंने किन्ना ज्यादा स्ट्रगल कीती है ना उन्हां दे नाल हर थां ते डिस्क्रिमिनेशन हुंदा सी ते फिर उन्होंने की किता बाद विच सारिआं नूं इक्को जिहा मन्निआ ठीक है उन्होंने एक आई थिंक सोसाइटी बनाई सी पीपल्स एजुकेशनल सोसाइटी हाँ ठीक है और उस तो बाद विच फिर देखो इन्होंने भारत का संविधान लिखा ठीक है आ तुसी ये लिख सकते हो गुड डॉक्टर बी आर अंबेदकर दी लिख लो इहदे विच उन्होंने की किता सीगा काफी सारे उन्होंने अपनी लाइफ के स्ट्रगल सीखियां और उन्होंने को हले फाइनैशली स्ट्रोंग नहीं सन ठीक है बट फिर भी वह इंटैलीजेंट सन इंटैलीजेंट होने करके उन्होंने अमेरिका लंडन तक भी स्टडी की थी सी हाँ बहुत सारिया उन्होंने लॉ वगैरह गुड हाँ जी ओके ठीक है राइट सो ठीक है इट मीन्स तुसी पढ़ी हुई है वैसे पता है थानू ओके चलो तुसी नाटक भी देखिया नाटक देखना पढ़ना एक जी है वेरी गुड मतलब पता है थानू हाँ जी गुड इन्हां दा ना पहला पहला पढ़ाई विच मन नहीं सी लगदा होंदा ते फिर बाद विच हाँ सिक्स विच है डॉक्टर बी आर अंबेडकर दा भारत रत्न फिर बाद विच इन्हां ने एक सोसाइटी बनाई जिहदे विच गरीब बच्चे जिहड़े सन ओह एजुकेशन लै सकदे सीगे ठीक है दैन इन्हां ने बाद विच इह लॉ मिनिस्टर भी बने कानून मंत्री सीगे बने है ना फिर इन्हां ने हौली हौली करके भारत दा संविधान लिखिया जो कि इंप्लीमेंट कदों होया 1950 बहुत ने तुहाडी जिंदगी विच मुश्किल पैदा करने वाले पर हमेशा सानू अगे तो अगे वधदे रहना चाहिदा है यस पनिका मैम माय एक्सपेरिमेंट्स विद रूथ ऑटोबायोग्राफी ऑफ महात्मा गांधी My experiment of truth ठीक है एतो की मिलती है तुहानूं जीवनी सॉरी सिक्खा इहदे विच उन्होंने अपने बचपन दे कुछ जिंदगी नूं जाहिर किया है जिस दे विच उन्होंने दस्या है कि उन्होंने एक बारी अपने पिता जी दे नाल झूठ बोल रहा सी उन्होंने कुछ चोरियां उन्होंने कुछ चोरियां कीतियां सन पर उस तों बाद जद उन्होंने बहुत ही पछतावा होया ते उन्होंने समझ आ गई कि झूठ बोलन दे ओके ठीक है यस ए वी सी ना एक उन्होंने झूठ बोलिया सीगा ते फिर बाद विच जदों पिता जी नूं पता लगा ते उन्होंने हमेशा ही सोचा सीगा कि मैं अगे तो कदी भी झूठ नहीं बोलांगा ठीक है सो ए वाली जीवनी उन्हां दी प्रेरणा मिलती है ठीक है सो बहुत सारिया बुक्स ने इत्थे विच जिथों तुहानूं जीवनी तो प्रेरणा मिलेगी ही मिलेगी सो साडे अंदर स्वै विश्वास जागता है लास्ट है सिट्टा सिट्टा विच की लिखोगे सारिआं दा कंक्लूड ठीक है कि अंत विच इह कहा जा सकदा है कि पुस्तकां जिहड़ियां ने ओह साडे जीवन दा एक बहुत ही महत्वपूर्ण अंग हन सानूं इस तों ज्ञान मिलदा है अगर तुहानूं सिट्टा किसे नूं नहीं लिखना आंदा होएगा ना फिर तुसीं पता की करिआ करो जिन्नीआं सारिआं हैडिंग्स हुंदीआं ना उहनूं इक लाइन बना के लिख दिआ करो ओह तुहाडा सिट्टा बन जांदा है ठीक है इवा मैम एक कोटेशन है वेरी गुड बोलो हुंदी दिल ते ज्ञान दी दस्तक जद खुलदी है पुस्तक वेरी गुड हुंदी दिल ते ज्ञान दी दस्तक जद खुलदी है कोई पुस्तक वेरी गुड मन्नत मैम कोटेशन है वेरी गुड बोलो जी चार सियाने बंदियां विच की गए असी कोट कोट किताबां पी गए वेरी गुड चार बंदियां विच की गए
ਅਸੀਂ ਚਾਰ ਸਿਆਣੇ ਬੰਦਿਆਂ ਵਿੱਚ ਕੀ ਗਏ ਅਸੀਂ ਕੋਟ ਕੋਟ ਕਿਤਾਬਾਂ ਪੀ ਗਏ ਹਾਂ ਹੋ ਸਕਦਾ ਹੈ ਚਾਰ ਸਿਆਣੇ ਬੰਦਿਆਂ ਵਿੱਚ ਲਿਖ ਲਓ ਚਾਰ ਸਿਆਣੇ ਵੈਰੀ ਗੁੱਡ ਮੰਨਤ ਐਂਡ ਇਵਾ ਚਾਰ ਸਿਆਣੇ ਬੰਦਿਆਂ ਵਿੱਚ ਕੀ ਗਏ ਬੰਦਿਆਂ ਵਿੱਚ ਸਿਹਾਰੀ ਪਾ ਲਿਓ ਅਸੀਂ ਕੋਟ ਕੋਟ ਕਿਤਾਬਾਂ ਪੀ ਗਏ ਠੀਕ ਹੈ ਜਾਂ ਘੋਲ ਘੋਲ ਲਿਖ ਸਕਦੇ ਹੋ ਤੁਸੀਂ ਇਹਦਾ ਮਤਲਬ ਕੀ ਹੈ ਕਿ ਜਦੋਂ ਸਪੋਜ਼ ਤੁਹਾਡੀ ਕੰਪਨੀ ਹੈ ਤੁਹਾਡੀ ਕੰਪਨੀ ਅੱਛੀ ਹੈ ਉਹ ਬੁੱਕਸ ਪੜ੍ਹਦੇ ਨੇ ਤੁਸੀਂ ਵੀ ਉਹਨਾਂ ਤੋਂ ਇੰਸਪਾਇਰ ਹੁੰਦੇ ਹੋ ਤੁਸੀਂ ਵੀ ਬੁੱਕਸ ਪੜ੍ਹਨਾ ਸ਼ੁਰੂ ਕਰਦੇ ਹੋ ਫਿਰ ਹਨਾ ਤੁਹਾਡਾ ਗਿਆਨ ਹੋਰ ਵੱਧਦਾ ਫਿਰ ਤੁਹਾਨੂੰ ਕੀ ਹੁੰਦਾ ਕਿ ਨਹੀਂ ਆਪਾਂ ਹੋਰ ਜ਼ਿਆਦਾ ਬੁੱਕਸ ਪੜ੍ਹਨੀਆਂ ਅਸੀਂ ਘੋਲ ਘੋਲ ਕਿਤਾਬਾਂ ਪੀ ਗਏ ਵੈਰੀ ਗੁੱਡ ਚਾਰ ਬੰਦਿਆਂ ਵਿੱਚ ਕੀ ਗਏ ਅਸੀਂ ਘੋਲ ਘੋਲ ਕਿਤਾਬਾਂ ਪੀ ਗਏ ਜਾਂ ਇੱਕ ਇਵਾ ਨੇ ਕਿਹੜੀ ਦੱਸੀ ਸੀ ਗਿਆਨ ਗਿਆਨ ਦੀ ਦਸਤਕ ਜਦ ਖੁੱਲਦੀ ਹੈ ਪੁਸਤਕ ਸੋ ਵੈਰੀ ਗੁੱਡ ਚਾਰ ਕੋਟੇਸ਼ਨਸ ਹੋ ਗਈਆਂ ਬਹੁਤ ਨੇ ਠੀਕ ਹੈ ਇਸ ਤੋਂ ਇਲਾਵਾ ਵੀ ਜੇ ਤੁਹਾਨੂੰ ਹੋਰ ਮਿਲਦੀਆਂ ਨੇ ਕੋਈ ਕੋਟੇਸ਼ਨਸ ਅੱਛਾ ਮੈਂ ਤੁਹਾਨੂੰ ਪਿਛਲੀ ਵਾਰੀ ਜਿਹੜਾ ਸਾਡਾ ਲਾਸਟ ਪੀਰੀਅਡ ਸੀ ਉਹਦੇ ਵਿੱਚ ਆਪਾਂ ਲੈਟਰ ਲਿਖੀ ਸੀ ਠੀਕ ਹੈ ਇਹ ਜਿਹੜੀ ਮੰਨਤ ਨੇ ਬੋਲੀ ਹੈ ਕੋਟੇਸ਼ਨ ਇਹਨੂੰ ਤੁਸੀਂ ਲੈਟਰ ਵਿੱਚ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਬਟ ਉਹਨੂੰ ਕੋਰੀਲੇਟ ਕਰਨਾ ਹੈ ਰਾਈਟ ਸੋ ਪੁਸਤਕਾਂ ਦੀ ਮਹੱਤਤਾ ਇੱਕ ਲੈਟਰ ਵੀ ਬਣ ਗਿਆ ਤੁਹਾਡਾ ਕਿ ਤੁਸੀਂ ਆਪਣੇ ਦੋਸਤ ਜਾਂ ਮਿੱਤਰ ਨੂੰ ਕਿੱਦਾਂ ਪੁਸਤਕਾਂ ਦਾ ਮਹੱਤਵ ਦੱਸਦੇ ਹੋ ਉਹਨੂੰ ਪ੍ਰੇਰਨ ਕਰਨਾ ਹੈ ਫਿਰ ਤੁਹਾਡਾ ਐਸੇ ਵੀ ਬਣ ਗਿਆ ਜਾਂ ਹੋਰ ਹੋ ਸਕਦਾ ਹੈ ਨਿੱਜੀ ਪੱਤਰ ਬੇਟਾ ਕਿਤੋਂ ਵੀ ਆ ਸਕਦਾ ਠੀਕ ਹੈ ਹੁਣ ਜਿਸ ਤਰ੍ਹਾਂ ਆਪਾਂ ਕੀਤਾ ਹੈ ਮਹਿੰਗਾਈ ਦੀ ਸਮੱਸਿਆ ਭ੍ਰਿਸ਼ਟਾਚਾਰ ਦੀ ਸਮੱਸਿਆ ਤੁਸੀਂ ਇਹ ਲੈਟਰ ਵਿੱਚ ਵੀ ਆ ਸਕਦਾ ਹੈ ਕਿ ਤੁਸੀਂ ਆਪਣੇ ਮਿੱਤਰ ਨੂੰ ਜਾਂ ਸਹੇਲੀ ਨੂੰ ਪੱਤਰ ਲਿਖਣਾ ਹੈ ਕਿ ਤੁਹਾਡੇ ਦੇਸ਼ ਵਿੱਚ ਦਿਨੋ ਦਿਨ ਭ੍ਰਿਸ਼ਟਾਚਾਰੀ ਵੱਧਦੀ ਰਹੀ ਹੈ ਜਾਂ ਇਹ ਨਿੱਜੀ ਪੱਤਰ 'ਚ ਆ ਸਕਦਾ ਹੈ ਜਾਂ ਕਿਹਦੇ ਵਿੱਚ ਆ ਸਕਦਾ ਹੈ ਅਖਬਾਰ ਦੇ ਸੰਪਾਦਕ ਨੂੰ ਠੀਕ ਹੈ ਸੋ ਜਿੰਨੇ ਵੀ ਐਸੇ ਹੁੰਦੇ ਨੇ ਨਾ ਉਹਨਾਂ ਨੂੰ ਯੂਜ਼ ਕਰਿਆ ਕਰੋ ਤੁਸੀਂ ਲੈਟਰ ਵਿੱਚ ਕਿੱਦਾਂ ਕਨਵਰਟ ਕਰ ਸਕਦੇ ਹੋ ਠੀਕ ਹੈ ਹੋ ਗਿਆ ਤੁਸੀਂ ਕੱਲ ਅਸੀਂ ਕਰਾਂਗੇ ਮੁਹਾਵਰੇ ਠੀਕ ਹੈ